ਸ੍ਰੀਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਕੜੀ ਬਣਾਵਾਂਗੇ। ਅੱਜ ਆਪਾਂ ਪਕੌੜਿਆਂ ਵਾਲੀ ਨਹੀਂ ਬਣਾਉਂਦੇ, ਪਕੌੜਿਆਂ ਵਾਲੀ ਆਪਾਂ ਪਹਿਲਾਂ ਬਣਾਈ ਸੀ। ਅੱਜ ਪਾਲਕ ਮੇਥਿਆਂ ਵਾਲੀ ਬਣਾਵਾਂਗੇ ਕੜੀ। ਆਪਾਂ ਕੜਾਹੀ ਧਰਾਂਗੇ। ਆਹ ਬੇਸਣ ਹੈ ਆਪਣਾ 1.5 ਕੜਛੀ, ਟਮਾਟਰ ਹੈ, ਹਰੀਆਂ ਮਿਰਚਾਂ ਸਾਬਤੀਆਂ ਅਤੇ ਗੰਢਾ, ਲੱਸੀ। ਹੁਣ ਆਪਾਂ ਤੇਲ ਪਾਵਾਂਗੇ, ਸੇਕ ਪਾਉਂਦਾ ਜੋ ਤੇਲ ਗਰਮ ਹੋ ਗਿਆ। ਫਿਰ ਆਪਾਂ ਜੀਰਾ ਪਾਵਾਂਗੇ। ਤੇਲ ਗਰਮ ਹੋ ਗਿਆ, ਹੁਣ ਆਪਾਂ ਜੀਰਾ ਪਾਵਾਂਗੇ। ਮਿਰਚਾਂ ਹਰੀਆਂ ਸੁੱਟਾਂਗੇ, ਸਾਬਤੀਆਂ ਪਾਵਾਂਗੇ। ਹੁਣ ਗੰਢਾ ਪਾ ਦਿਆਂਗੇ। ਹੁਣ ਟਮਾਟਰ ਵੀ ਪਾ ਦਿਆਂਗੇ। ਇਹਨਾਂ ਨੂੰ ਆਪਾਂ ਥੋੜ੍ਹਾ ਥੋੜ੍ਹਾ ਭੁੰਨਾਂਗੇ, ਜ਼ਿਆਦਾ ਨਹੀਂ ਭੁੰਨਦੇ। ਹੁਣ ਆਪਾਂ ਲੂਣ ਮਿਰਚ ਪਾਵਾਂਗੇ, ਜਿੰਨਾ ਕੁ ਲੋੜ ਆ ਉਨਾ ਕੁ ਲੂਣ ਮਿਰਚ, ਹਲਦੀ। ਆਹ ਸੁੱਕਾ ਧਨੀਆ ਥੋੜ੍ਹਾ ਜਿਹਾ ਕੁੱਟਿਆ ਹੋਇਆ, ਗਰਮ ਮਸਾਲਾ ਨਹੀਂ ਪਾਉਂਦੇ, ਰੰਗ ਕਾਲਾ ਹੋ ਜਾਂਦਾ ਕੜੀ ਦਾ। ਥੋੜ੍ਹਾ ਜਿਹਾ ਪਾਣੀ ਪਾਵਾਂਗੇ। ਆਪਾਂ ਬੇਸਣ ਘੋਲ ਲੈਣੇ ਆ, ਮਸਾਲਾ ਭੁਜਦੇ ਭੁਜਦੇ। ਪਹਿਲਾਂ ਥੋੜ੍ਹਾ ਜਿਹਾ ਪਾਣੀ ਪਾ ਕੇ ਘੋਲਾਂਗੇ ਆਪਾਂ। ਬੇਸਣ ਘੁਲ ਗਿਆ, ਹੁਣ ਆਪਾਂ ਲੱਸੀ ਪਾਵਾਂਗੇ ਵਿੱਚ। ਘਰ ਦੀ ਲੱਸੀ ਹੈ, ਪਿੰਡੋਂ ਆਈ ਹੋਈ ਸੀਗੀ, ਬੋਤਲ ਫਰਿੱਜ 'ਚ ਪਈ ਸੀ ਲੱਸੀ ਵਾਲੀ, ਕੱਲ੍ਹ ਦੀ ਪਿੰਡੋਂ ਆਈ ਹੈ ਅਤੇ ਫਰਿੱਜ 'ਚ ਰੱਖੀ ਬੋਤਲ। ਹੁਣ ਆਪਾਂ ਪਾ ਦਿਆਂਗੇ ਬੇਸਣ ਘੋਲਿਆ ਹੋਇਆ ਮਸਾਲਾ। ਥੋੜ੍ਹਾ ਜਿਹਾ ਪਾਣੀ ਵੀ ਆਪਾਂ ਨਾਲ ਹੀ ਪਾ ਦਿੰਦੇ ਹਾਂ ਕਿ ਉਹ ਸੰਘਣਾ ਜ਼ਿਆਦਾ ਹੋ ਜਾਂਦਾ ਨਾਲ ਦੇ ਨਾਲ ਹੀ। ਆਪਾਂ ਢੱਕਦੇ ਨੇ, ਉੱਤੋਂ ਐਂ ਰੱਖਾਂਗੇ। ਥੋੜ੍ਹੀ ਰਿੱਝੀ ਜਾਂਦੀ ਹੈ ਅਤੇ ਆਪਾਂ ਹੁਣ ਮੇਥੇ ਪਾਵਾਂਗੇ।
मेथे आप चीर के रख ले सी, घरों ही तोड़े है ये छोटे छोटे हजे। बस हूँ आप 10 मिनट एवं रिन्नी जावे इनू। आप 10 मिनट होर सेक लवावे रिन्नागे फिर आप ला लाँगे कड़ी। अपने 10-15 मिनट हो गए रिजदी 15 मिनट तो कड़ी अपनी बन गई है तो आप हम लावे। बहुत वधिया रिजी हैगी। आप उत्ते 2 पालक के पत्ते चीर के ये पावांगे, चीर के रख ले सी ये। देखो कड़ी किड्डी वधिया बनी है अपनी, पालक के पत्ते पा के मेथे पा के बहुत वधिया बनी है। हरिया मिर्चा साबतियां पा के टमाटर गंढा लस्सी खट्टी लस्सी तो बहुत वधिया बनी है जी। आप साडे वीडियो पसंद लगी लाइक करो शेयर करो चैनल सबसक्राइब करो।